दिवाली फेस्टिवल चल रहा जिदे विच हलवाई बेचारे आपदा वधिया सारा समान बना के मंजे बाहर ला ला के समान वेचदे ठीक है जी आपदा समान वेचदे असीं नहीं डक सकदे यार दो चार दिन का फंक्शन होंदा हुण कल दशहरा फंक्शन मनाया किन्ना 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 लोकां दे इकट्ठ होए यार असीं कहीं डक सकदे हैं ये बंदा एदा कोई हरजिंदर सिंह एसआई जाके उत्थे 10,000 रुपए की डिमांड कर रहा बरिंदर सिंह हरजिंदर सिंह कुछ भी है ये एसएचओ दा गनमैन मैं एसपी दे ध्यान च लिया मैं कमिश्नर साहब दे ध्यान च लिया कहिंदे जी उन्हां दे घर पटाके मैं कमिश्नर साहब तुसीं हुण चल पो लो तुसीं मीडिया वाले जे मैं तुहाडे नाल चलदा यार गुजरपुरा तनगढ़ जिहदा मर्जी घर फोल लो जे पटाके ना निकलगे ते मैनूं तलबीर सिंह नाल इहनां बंदिआं नूं क्यों चुक्किआ गिआ बस पैसे नहीं दिता 10,000 रुपया गनमैन नूं और ये गनमैन उसे कहता तुम एस पी साहब का फोन करा दो अंदर तो परचा ना तो लद के गड्डी चुना थाने लाया यार की ये तो गिना कोई मेहनत करनी वो चिट्टा वेचन का चिट्टा वेचन आ चल जाओ गुजरपुरा लोग चीका मार गए सिर मैं आऊंगा इतने लोग चीका मार दे चिट्टे तो भाई किन्ने बंदे चुके गए करो जी तीन बंदे नु लाया चुके मैं ते भाई मेरा सिद्धी जी गल है मैं यह जी गुंडागर्दी बर्दाश्त ना पहला की ना हुण करांगा ना मैं गांह करा ਮੇਥੋਂ ਇਹ ਕੰਮ ਨਹੀਂ ਬਰਦਾਸ਼ਤ ਇਹਨਾਂ ਦਾ ਸਮਾਨ ਚੁੱਕਿਆ ਗਿਆ ਘਰ ਦੇ ਵਿੱਚੋਂ ਉਹਨਾਂ ਦੇ ਪਤਾ ਨਹੀਂ ਕੀ ਲਿਆ ਕੀ ਨਹੀਂ ਲਿਆ ਇਹਨਾਂ ਨੂੰ ਪਤਾ ਹੋਊਗਾ ਇਹੋ ਜਿਹਾ ਸਮਾਨ ਤਾਂ ਲੋਕਾਂ ਦੇ ਯਾਰ ਘਰਾਂ ਦੇ ਘਰ ਪਏ ਲੋਕਾਂ ਨੇ ਚਾਰ ਦਿਨ ਦਾ ਸੀਜ਼ਨ ਹੈ ਹਰ ਬੰਦਾ ਪਟਾਕੇ ਵੇਚਦਾ ਕਿਹੜਾ ਬੰਦਾ ਆਪਣੇ ਸ਼ਹਿਰ 'ਚ ਨਹੀਂ ਵੇਚਦਾ ਯਾਰ ਆਪਾਂ ਕਿਸੇ ਨੂੰ ਕਿਰਤ ਕਰਨ ਤੋਂ ਵੀ ਮਨਾ ਕਰ ਦਾਂਗੇ ਹੁਣ ਤਾਂ ਤੁਹਾਡੇ ਵੱਲੋਂ ਪਹਿਲਾਂ ਕਿਹਨਾਂ ਨੂੰ ਫੋਨ ਕੀਤਾ ਗਿਆ ਸੀ ਜਦੋਂ ਤੁਸੀਂ ਥਾਣੇ ਮੈਂ ਇਹਨੂੰ ਐਸਐਚਓ ਨੂੰ ਕੀਤਾ ਫਿਰ ਵਿਸ਼ਾਲ ਜੀ ਦਾ ਐਸਪੀ ਨੂੰ ਕੀਤਾ ਫਿਰ ਮੈਂ ਕਮਿਸ਼ਨਰ ਸਾਹਿਬ ਨੂੰ ਦੋ ਵਾਰ ਕੀਤਾ ਉਸ ਤੋਂ ਬਾਅਦ ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਫਿਰ ਭਰਾਵਾ ਦੇ ਧਰਨੇ ਤੇ ਬਹਿ ਗਏ ਮਾਰ ਦੋ ਫਿਰ ਸਾਡੇ ਬੰਦੇ ਨੂੰ ਇਹ ਅਸੀਂ ਕਹੇ ਜ਼ਰੂਰ ਨਹੀਂ ਥਾਣੇ ਦੇ ਬਾਹਰ ਬੈਠੇ ਜੀ ਤੁਸੀਂ ਸਫਾਈ ਨਾ ਹੋਣ ਤੋਂ ਬਾਅਦ ਥਾਣੇ ਦੇ ਬਾਹਰ ਬੈਠੇ ਹੋ ਫੇਰ ਹੀ ਬੈਠੇ ਆ ਇਹ ਐਸਐਚਓ ਡਿਕਟੇਟਰ ਐਸਐਚਓ ਆ ਇਹ ਗੰਗੈਸਟਰਾਂ ਨਾਲ ਰਲਿਆ ਤੇ ਪੈਸੇ ਖਾਣ ਵਾਲਾ ਐਸਐਚਓ ਇਹ ਉਹਨਾਂ ਦੀਆਂ ਪਾਰਟੀਆਂ 'ਚ ਨਸਚਣ ਵਾਲਾ ਐਸਐਚਓ ਇਹਦੀ ਨੌ ਨਿਹਾਲ ਸਿੰਘ ਕਮਿਸ਼ਨਰ ਨੇ ਬਦਲੀ ਇੱਧਰ ਕਦੇ ਦੂਰ ਕਰਤੀ ਸੀ ਅੰਬਾਲਿਆਂ ਇੱਧਰ ਪਤਾ ਨਹੀਂ ਕਿੱਧਰ ਕਰਤਾ ਸੀ ਇਹਨੂੰ ਆਪਣਾ ਬਠਿੰਡੇ ਬਠਿੰਡੇ ਵਾਲੇ ਇਹ ਸ਼ਬਾਸ਼ਾ ਰੂਪਸਾ ਕਰਾ ਕੇ ਬਰਮਾਸ਼ੀ ਕਰਦਾ ਇਹ ਗੱਲ ਮੁੱਕਦੀ ਆ ਸਿਰਫ ਇੱਕ ਅਸੀਂ ਵੀ ਸਤਿਕਾਰ ਕਰਦੇ ਆ ਤੀਰਥ ਦਾ ਵਾਲਮੀਕ ਤੀਰਥ ਦਾ ਬਟ ਇਹ ਉਹਨਾਂ ਇਹ ਲੋਕ ਉਸ ਤੀਰਥ ਦੀ ਆੜ ਲੈ ਜਲਦੀ ਬਦਮਾਸ਼ੀ ਕਰਦੇ ਆ ਬਟ ਨਹੀਂ ਉਹ ਰੱਬ ਨੂੰ ਜਾਣਦੇ ਨਹੀਂ ਇਹਨਾਂ ਲੋਕਾਂ ਨੂੰ ਮੈਂ ਕੋਈ ਹਿਸਾਬ ਕਿਤਾਬ ਨਹੀਂ ਦੇਣ ਵਾਲਾ ਇਸ ਕਰਕੇ ਮੈਂ ਹੁਣ ਦੀ ਆਪਣੇ ਬੰਦੇ ਨਾਲ ਲੈ ਕੇ ਜਾਓ ਯਾਰ ਵੇਖੋ ਮੈਂ ਬੰਦੇ ਖੜਨੇ ਆ ਮੇਰੀ ਸਿੱਧੀ ਜੀ ਗੱਲ ਮੈਂ ਬੰਦੇ ਵੀ ਲੈ ਕੇ ਜਾਣੇ ਮੇਰੀ ਵੀ ਮੰਜੀ ਠੁੱਕਣੀ ਕਿਉਂਕਿ ਪੈਸੇ ਮੰਗਦਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਬੰਦਾ ਕਰਪਸ਼ਨ ਕਰਦਾ ਕਾਬੂ ਆ ਗਿਆ ਮੈਂ ਨਹੀਂ ਬਚਾ ਇਹ ਸ਼ਰਿਆਮ ਜਿਹਾ ਰੁੱਟੀ ਜਾਂਦਾ ਆ ਗੁਜਰਪੁਰਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਗੁਜਰਪੁਰੇ ਦਾ ਕੱਲੇ ਕੱਲੇ ਘਰ ਮੇਰਾ ਸਵੇਰੇ ਚੱਲ ਜਾਓ 10 ਵਜੇ ਮੈਂ ਚੱਲਾਂਗਾ ਹਰ ਬੰਦਾ ਚੀਕਦਾ ਕਿ ਚਿੱਟੇ ਦਾ ਬਹੁਤ ਜ਼ਿਆਦਾ ਇੱਥੇ ਵਿਰੋਧ ਆ ਇਹਦੇ ਬੂਹੇ ਦੇ ਅੱਗੇ ਹੋਏ ਥਾਣੇ ਦੇ ਕੀ ਗੱਲ ਕਿਉਂ ਨਹੀਂ ਨਸ਼ੇ ਬੰਦ ਕਰਦਾ ਜੀ ਇਹ ਬੰਦਾ ਇਹ ਆਪਦੀ ਬਦਮਾਸ਼ੀ ਚਮਕਾਉਂਦਾ ਸੋ ਇਹੋ ਜਿਹੇ ਮੈਂ ਐਸਐਚਓ ਬਰਦਾਸ਼ਤ ਨਹੀਂ ਹੁਣ ਐਸਐਚਓ ਤੁਹਾਡੇ ਕੋਲ ਪਹੁੰਚੇ ਕੀ ਗੱਲਬਾਤ ਹੋਈ ਆ ਜੀ ਉਹ ਨਹੀਂ ਇਹੋ ਜਿਹੇ ਐਸਐਚਓ ਦੀ ਮੈਂ ਸੁਣਦਾ ਹੁੰਦਾ ਬੰਦਾ ਕੋਈ ਸੀਨੀਅਰ ਅਫਸਰ ਨਾਲ ਗੱਲ ਕਰੇ ਕੌਣ ਮੇਰੇ ਨਾਲ ਗੱਲ ਕਰਨਾ ਇਹਦੇ ਕੋਲ ਤੁਹਾਡੀ ਸਰਕਾਰ ਆ ਤੁਹਾਡੀ ਨਹੀਂ ਯਾਰ ਸਰਕਾਰ ਤੇ ਸਾਡੀ ਆ ਮੈਂ ਸਰਕਾਰ ਦੇ ਵੀ ਧਿਆਨ ਚ ਲਿਆਵਾਂਗਾ ਗੱਲ ਬਟ ਵੇਖੋ ਇੱਕ ਮੈਨੂੰ 9:30 ਵਜੇ ਫੋਨ ਆਉਂਦਾ ਮੈਂ 2 ਘੰਟੇ ਮੱਥਾ ਮਾਰਿਆ ਸਾਰੇ ਸੀਨੀਅਰ ਅਫਸਰਾਂ ਨਾਲ ਔਰ ਇਹ ਨਿੱਤ ਦਾ ਹੀ ਕੰਮ ਬਣ ਗਿਆ ਕਿ ਯਾਰ ਲੋਕਾਂ ਨਾਲ ਨਜਾਇਜ਼ ਨਜਾਇਜ਼ ਕੱਲ ਨੂੰ ਅਸੀਂ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣੀਆਂ ਬਈ ਜਾਇਜ਼ ਹੋਵੇ ਤੁਸੀਂ ਕਰ ਦਿਓ ਅਸੀਂ ਨਹੀਂ ਮੰਨਣਾ ਅਸੀਂ ਨਹੀਂ ਕਰਾਂਗੇ ਤੁਹਾਨੂੰ ਪਰ ਯਾਰ ਇੱਕ ਪਟਾਕੇ ਵਿੱਚ ਇਹ ਵੀ ਗੁਨਾਹ ਹੋ ਗਿਆ ਯਾਰ ਆਪਦੀ ਕਿਰਤ ਕਰਨੀ ਵੀ ਗੁਨਾਹ ਹੋ ਗਈ ਆ ਇਸ ਬੰਦੇ ਨੇ ਤੇ ਕਮਾਲ ਕਰਕੇ ਰੱਖੀ ਐਸਐਚਓ ਨੇ ਜੇ ਉਹ 10,000 ਦੇ ਦਿੰਦੇ ਫੇਰ ਠੀਕ ਸੀਗਾ 10,000 ਨਹੀਂ ਦਿੱਤਾ ਤੇ ਚੁੱਕੇ ਨੂੰ ਲਿਆ ਗਿਆ ਵਾਲਾ ਚ ਦੇਦਾ ਦਲਬੀਰ ਜੀ ਗੱਲ ਉਹੀ ਹੈ ਮੈਂ ਤੇ ਘਰ ਲੰਮੇ ਪਿਆ ਸੀਗਾ ਤੇ ਆਮ ਪਬਲਿਕ ਦਾ ਕੀ ਹਾਲ ਹੁੰਦਾ ਉਹ ਚਲੋ ਬੜਾ ਕੁਝ ਹੋ ਗਿਆ ਜੀ ਐਸਐਚਓ ਬਦਲਾਵਾ ਨਹੀਂ ਬਾਕੀ ਜਿਹੜੇ ਘਰ ਦੇ ਵਿੱਚ ਬੁਲਾ ਕੇ ਤਿਆਰ ਕਰਦੇ ਪਏ ਨੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਂ ਤੈਨੂੰ ਕਿਹਾ ਹੁਣ ਅੰਦਰ ਵੜ ਗਿਆ ਥਾਣੇ ਮੈਂ ਚਲਾ ਚਲੀਏ ਉਹਦੇ ਆਣ ਗਵਾਰ ਚੱਲਦੇ ਜੇ ਨਾ ਨਿਕਲਣਗੇ ਪਟਾਕੇ ਤੇ ਤਲਬੀਰ ਸਿੰਘ ਪੋਲਿਟਿਕਸ ਛੱਡ ਦੇਗਾ ਅੰਦਰ ਵੜ ਗਿਆ ਭੱਜ ਕੇ ਜਾ ਕੇ ਬਦਮਾਸ਼ੀ ਕਰਦਾ ਐਸਐਚਓ ਮੈਂ ਇੱਥੇ ਬੈਠਾ ਮੈਂ ਇੱਥੇ ਭਾਵਾ ਸੌ ਜਾਣਾ ਮੈਂ ਸਵੇਰੇ ਜਿੰਨਾ ਚਿਰ ਇੱਥੇ ਮੇਰਾ ਕੋਈ ਸੀਨੀਅਰ ਅਫਸਰ ਆ ਕੇ ਗੱਲ ਨਹੀਂ ਕਰਦੇ ਨਹੀਂ ਜਾਂ ਮੇਰੇ ਤੇ ਪਰਚਾ ਦੇ ਦੇਣ ਜੇ ਮੈਂ ਗਲਤ ਆ ਇਹਨਾਂ ਸਾਡੇ ਸਾਰਿਆਂ ਦੇ ਪਰਚਾ ਦੇ ਦੇਣ ਤੇ ਜਾਂ ਇਹ ਗਲਤ ਹੈ ਤੈਨੂੰ ਬਦਲਣਾ ਇਥੋਂ ਠੀਕ ਹੈ ਇਹ ਥੋੜਾ ਜਿਹਾ ਦਸ ਦਸ ਕਰਦੀ ਆ ਕਿ ਮੰਗੀ ਜਾਂਦੀ ਸਾਂਝੀ ਭਾਜੀ ਕੀ ਨਾਮ ਤੇ ਅੱਜ ਕਿਹੜਾ ਇਹ ਸੀ ਡਿਵੀਜ਼ਨ ਦੀ ਪੁਲਿਸ 7 ਨੰਬਰ ਗਲੀ ਗੁਰੂ ਨਾਨਕ ਕਲੋਨੀ ਦੇ ਵਿੱਚ ਰੇਡ ਕਰਕੇ ਉੱਥੇ ਕੋ ਪਟਾਕਿਆਂ ਦਾ ਕਾਰੋਬਾਰ ਕਰਦਾ ਸੀ ਮੁੰਡਾ ਉਹਨੂੰ ਤੇ ਉਹਦੇ ਆਂਡ ਗਵਾਂਡ ਜਿਹੜੇ ਕੋ ਸੱਜਣ ਮਿੱਤਰ ਉੱਥੇ ਖੜੇ ਸੀ ਉਸ ਟਾਈਮ ਉਹਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਜਦੋਂ ਕਿ ਸ਼ਰੇਆਮ ਇੱਥੇ ਚਿੱਟੇ ਦਾ ਚਿੱਟਾ ਵਿਕਦਾ ਹੈ ਇੱਥੇ ਗੋਲੀਆਂ ਕੈਪਸੂਲ ਨਸ਼ਾ ਸ਼ਰੇਆਮ ਮੈਡੀਕਲ ਸਟੋਰਾਂ ਦੇ ਵਿਕਦਾ ਉਹਨਾਂ ਕੋਲੋਂ ਪੁਲਿਸ ਮਹੀਨਾ ਲੈਂਦੀ ਹੈ ਉਹਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਨਸ਼ੇ ਤੋਂ ਲੋਕ ਇੰਨੇ ਪਰੇਸ਼ਾਨ ਨੇ ਪਰ ਜਿਹੜਾ ਬੰਦਾ ਆਪਣੀ ਰੋਟੀ ਰੋਜੀ ਦਾ ਕੰਮ ਕਰਦਾ ਹੈ ਕੋਈ ਮਿਹਨਤ ਕਰਦਾ ਹੈ ਉਹਨਾਂ ਦੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਸਾਰਾ ਕੁਝ ਪੁਲਿਸ ਦੀ ਨਲਾਇਕੀ ਜਿਹੜੀ ਹੈ ਉਹ ਇਸ ਗੱਲ ਨੂੰ ਸਾਬਤ ਕਰਦੀ ਹੈ ਇਹ ਕਿੰਨੇ ਟੋਟਲ ਬੰਦੇ ਲੈ ਕੇ ਆਏ
तीन बंदे शायद लेके आए ने गलबात कीती ते कहिंदे जी नहीं जी इह गलत काम है गैर कानूनी काम है बट गैर कानूनी ते इस तों ज्यादा ते उह गैर कानूनी है जिहड़ा इत्थे चिट्टे दा नशा विकदा स्मैक विकदी है इक गोली कैप्सूल विकदा जिन्हां दे नाल लोकां दे नौजवान पुत मर रहे ने ओदे ते कंट्रोल करना चाहिए ना कि सानू लगता भी ये ते रोजी रोटी पांच दस दिन का फेस्टिवल है लोग अपना मेहनत मजदूरी करके अपना घर बालदे ने साल दे विच एक प्रोग्राम आना है जेड़े बंदे इस किते नाल जुड़े ने वो अपना मांग ये करते कि वो बंदे रिलीज किए जाने चाहिए ने जिन्हां ते कार्रवाई करनी चाहिए उन्होंने ना कार्रवाई करके जेड़े बंदे नजायज ने उन्होंने कार्रवाई कर दे भाई एस एच ओ सस्पेंड करना चाहिए यहोजा एस एच ओ पाए पाए दस दस हजार रुपये की रिश्वत लैके सरेआम मेडिकल स्टोरों के नशा विकता पे सरेआम समैक विकती पी है सारे काम जेड़े ने गलत हो रहे हैं सारे इस इलाके जिन्ना साडा मैं भी इस इलाके का रहने वाला इसे थाने के अंदर आना पर इस इलाके जिन्ने गैर कानूनी काम होंगे ने सारे शहर च नहीं होंगे पुलिस जी बिल्कुल नाकाम है सारे काम कम्युनिकेशन गैप से ਉਹ ਅਸੀਂ ਆਫਿਸ ਨੇ ਆ ਕੇ ਸੁਲਝਾਤਾ ਤੇ ਹੁਣ ਸਾਰਾ ਠੀਕ ਹੋ ਗਿਆ ਸਰ ਜਸਟ ਕਮਿਊਨਿਟੀ ਨੂੰ ਦੋਨਾਂ ਨੂੰ ਟਾਰਗੇਟ ਕਰਦੇ ਸਰ ਆਪਸ ਨਹੀਂ ਕੋਈ ਕਮਿਊਨਿਟੀ ਦਾ ਕੁਝ ਸੱਚ ਨਹੀਂ ਸੀਗਾ ਜੀ ਉਹ ਥੋੜਾ ਕਮਿਊਨੀਕੇਸ਼ਨ ਗੈਪ ਸੀਗਾ ਤੇ ਉਹ ਸੁਲਝ ਗਿਆ ਸੈਟੀਸਫੈਕਸ਼ਨ ਹੋ ਗਈ ਬਿਲਕੁਲ 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 ਕੀ ਸੀਗਾ ਸਾਰਾ ਮਾਮਲਾ ਔਰ ਕੀ ਦੇਖੋ ਸਾਡੀ ਕਿਸੇ ਨਾਲ ਕੋਈ ਜਾਤੀ ਲੜਾਈ ਨਹੀਂ ਮੈਨੂੰ ਤੇ ਕੋਈ ਵੀ ਬੰਦਾ ਕਹੂਗਾ ਮੇਰੇ ਨਾਲ ਧੱਕਾ ਹੁੰਦਾ ਤੇ ਮੈਂ ਉਹਦੀ ਸੁਣਵਾਈ ਕਰਨੀ ਜੀ ਬੱਗਰੀ ਪਰਿਵਾਰ ਸੀ ਪਟਾਕਿਆਂ ਦੀ ਦੁਕਾਨ ਸੀ ਔਰ ਉਹਨਾਂ ਕੱਲਿਆਂ ਦੀ ਨਹੀਂ ਅੱਜ ਦੀ ਤਰੀਕ ਚ ਨਗੜ ਹੋ ਗਿਆ ਗੁਜਰ ਪੂਗਾ ਹਜ਼ਾਰਾਂ ਘਰਾਂ ਦੇ ਵਿੱਚ ਪਟਾਕੇ ਬੰਦੇ ਆ ਪੁਲਿਸ ਨੂੰ ਪਤਾ ਸਾਰੇ ਪ੍ਰਸ਼ਾਸਨ ਨੂੰ ਔਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਸਵੇਰੇ ਸੌਰੀ ਫੀਲ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਕਰਾ ਦਾਂ ਬਟ ਇਹਨਾਂ ਨੇ ਉਦੋਂ ਬਾਅਦ ਵੀ ਉਹਨਾਂ ਨੂੰ ਲਿਆ ਕੇ ਹਵਾਲਾ ਚ ਦੇ ਦਿੱਤਾ ਮੈਂ ਇੱਥੇ ਆਇਆ ਮੈਨੂੰ ਨਹੀਂ ਪਤਾ ਮੈਂ ਕੋਈ ਮੇਰੀ ਮੈਂ ਤਾਂ ਸਾਰੀਆਂ ਬਰਾਦਰੀਆਂ ਦਾ ਸਤਿਕਾਰ ਕਰਦਾ ਕਿਉਂਕਿ ਅੱਜ ਇਹਨਾਂ ਨੇ ਐਸਐਚਓ ਸਾਹਿਬ ਨੂੰ ਇੱਥੇ ਬਰਾਦਰੀ ਇਸ਼ੂ ਬਣਾਤਾ ਕਿ ਮੈਂ ਆਪਦੀ ਬਰਾਦਰੀ ਦੇ ਬੰਦੇ ਸੱਦ ਲੈਣਾ ਤੇ ਇਹਨਾਂ ਨੇ ਸੱਦ ਲਏ ਮੈਨੂੰ ਉਸ ਗੱਲ ਨਾਲ ਇੱਕ ਰੁਪਈਏ ਦਾ ਫਰਕ ਪੈਣ ਵਾਲਾ ਨਹੀਂ ਕਿਉਂਕਿ ਮੈਂ ਹੋ ਸਕਦਾ ਬਰਾਦਰੀ ਵਾਲਿਆਂ ਨਾਲੋਂ ਵੱਧ ਤੀਰਥ ਦਾ ਸਤਿਕਾਰ ਕਰਦਾ ਵਾਂ ਇਹ ਕੋਈ ਢੰਡੋਰਾ ਪਿੱਟਣ ਵਾਲੀ ਗੱਲ ਨਹੀਂ ਜਦੋਂ ਭਗਵਾਨ ਸ਼੍ਰੀ ਰਾਮ ਤੀਰਥ ਜੀ ਦਾ ਉੱਥੇ ਸਥਾਨ ਬਣ ਰਿਹਾ ਸੀਗਾ ਤੇ ਅਸੀਂ ਤੇ ਉੱਥੇ ਹਰ ਮਹੀਨੇ ਬਾਦਲ ਸਾਹਿਬ ਵੱਡਿਆਂ ਨੇ ਡਿਊਟੀ ਲਾਈ ਅਸੀਂ ਉੱਥੇ ਹਰ ਮਹੀਨੇ ਜਾ ਕੇ ਆਪ ਸੇਵਾ ਕਰਦੇ ਰਹੇ ਅੱਜ ਟਿੱਕਾ ਜੀ ਬੀਜੇਪੀ ਜੀ ਨੇ ਮੈਨੂੰ ਜ਼ਿਆਦਾ ਟਿੱਕਾ ਜੀ ਉਦੋਂ ਨਾਲ ਜਾਂਦੇ ਰਹੇ ਇਹ ਵੀ ਮੇਰੇ ਨਾਲ ਜਾਂਦੇ ਰਹੇ ਸੋ ਇਸ ਕਰਕੇ ਅਸੀਂ ਤੇ ਉਹ ਕੰਮ ਨੂੰ ਇਹ ਲੋਕ ਇਹਨਾਂ ਚੀਜ਼ਾਂ ਦੀ ਆੜ ਲੈ ਕੇ ਨਾ ਲੋਕਾਂ ਨੂੰ ਗਲਤ ਗਾਈਡ ਕਰਦੇ ਸੋ ਮੈਂ ਅੱਜ ਵੀ ਜਿੱਥੇ ਪਹਿਲਾਂ ਵੀ ਸਤਿਕਾਰ ਕਰਦਾ ਹਾਂ ਗਾਂਵ ਕਰਦਾ ਔਰ ਉਹ ਪਰਿਵਾਰ ਦੇ ਜੀ ਮੈਂ ਛਡਾਲੇ ਆ ਔਰ ਉਹਨਾਂ ਨੂੰ ਮੈਂ ਨਾਲ ਲੈ ਕੇ ਚੱਲਿਆ ਔਰ ਮੈਂ ਇਹਨਾਂ ਨੂੰ ਕਹਿਤਾ ਕਿ ਗਾਂ ਤੋਂ ਇਹੋ ਜਿਹੀ ਜਿਹੜਾ ਵੀ ਕੋਈ ਗਲਤੀ ਕਰੂਗਾ ਉਹ ਆਪ ਦਾ ਖਮਿਆ ਜਾਵੇ ਕੀ ਲੱਗਦਾ ਕਿ ਇਸ ਇਹਨੂੰ ਲੈ ਕੇ ਕੋਈ ਬੋਰਡ ਬਣਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਲਗਾਤਾਰ ਐਲੀਗੇਸ਼ਨ ਲਗਾ ਕੇ 10,000 ਰੁਪਏ ਦੀ ਡਿਮਾਂਡ ਕੀਤੀ ਜੀ ਸੱਦਾ ਦਿੱਤਾ ਗਿਆ ਉਹਨਾਂ ਦੇ ਘਰੋਂ ਸਾਨੂੰ ਫੋਨ ਆਇਆ ਕਿ ਇੱਕ ਅਰਜਿੰਦਰ ਸਿੰਘ ਜਾਂ ਪਰਜਿੰਦਰ ਸਿੰਘ ਨਾਂ ਦਾ ਐਸਐਚਓ ਸਾਹਿਬ ਦਾ ਜਿਹੜਾ ਗਨਮੈਨ ਆ ਉਹਨੇ ਪੈਸਿਆਂ ਦੀ ਡਿਮਾਂਡ ਕੀਤੀ ਤੇ ਅਸੀਂ ਨਹੀਂ ਦਿੱਤੇ ਔਰ ਜੋ ਜੋ ਗੱਲ ਮੈਂ ਐਸਪੀ ਸਾਹਿਬ ਨਾਲ ਕੀਤੀ ਉਹੋ ਹੀ ਉਹਦੀ ਫੈਮਿਲੀ ਨੇ ਮੈਨੂੰ ਗੱਲ ਦੱਸੀ ਤੇ ਮੇਨ ਗੱਲ ਹੋਈ ਆ ਤੇ ਉਹਨਾਂ ਤੋਂ ਗਈ ਨਾ ਉਹਨੇ ਜਦੋਂ ਦੱਸੀ ਤੇ ਫਿਰ ਮੈਂ ਐਸਪੀ ਵਿਸ਼ਾਲਜੀਤ ਸਿੰਘ ਉਹਨਾਂ ਨੂੰ ਕਾਲ ਕੀਤੀ ਮੈਂ ਭਾਜੀ ਤੁਸੀਂ ਗਲਤ ਕਰ ਰਹੇ ਹੋ ਮੇਰੀ ਮਜਬੂਰੀ ਨਾ ਬਣਾਓਗਾ ਮੈਂ ਥਾਣੇ ਦੇ ਬੂਹੇ ਅੱਗੇ ਧਰਨਾ ਦਵਾਂ ਔਰ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਮੈਂ ਸੌਰੀ ਫੀਲ ਕਰਦਾ ਜੇ ਕੋਈ ਬੰਦੇ ਨੇ ਗਲਤੀ ਕੀਤੀ ਹੈ ਗਰੀਬ ਬੰਦੇ ਆ ਵੇਖੋ ਅੱਜ ਦੀ ਤਰੀਕ 'ਚ ਭਾਜੀ ਇੱਥੇ ਮਠਿਆਈ ਵਾਲੇ ਨੇ ਵੀ ਆਪਦਾ ਬਾਹਰ ਬੈਂਚ ਲਾ ਕੇ ਮਠਿਆਈ ਵੇਚਣੀ ਹੈ ਇੱਥੇ ਪਟਾਕੇ ਵਾਲੇ ਨੇ ਵੀ ਆਪਦੇ ਬਾਹਰ ਲਾ ਕੇ ਪਟਾਕੇ ਯਾਰ ਆਪਾਂ ਇਹਨਾਂ ਨੂੰ ਗਰੀਬ ਬੰਦਾ ਜਿਹੜਾ ਕੋਈ ਮੈਨੂੰ ਲੱਗਦਾ ਜਿੰਨੇ ਕੇ ਪੈਸੇ ਮੰਗੀ ਜਾਂਦੇ ਇੰਨੀ ਤੇ ਉਹਨਾਂ ਨੂੰ ਇਨਕਮ ਹੀ ਨਹੀਂ ਹੋਣੀ ਵਿੱਚੋਂ ਇੰਨੀ ਤੇ ਉਹਨਾਂ ਨੂੰ ਬੱਚਤ ਨਹੀਂ ਆਉਣੀ ਤੇ ਸੋ ਇਸ ਕਰਕੇ ਇਹੋ ਜਿਹੇ ਗਰੀਬ ਬੰਦੇ ਦੀ ਕਿਉਂ ਹਾਲ ਲੈਂਦੇ ਹੋ ਮੈਂ ਤਾਂ ਅੱਜ ਆਪਦਾ ਫਰਜ਼ ਜਿਹੜਾ ਵਾਅਦਾ ਕੀਤਾ ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਜ਼ੀਰੋ ਟਾਲਰੈਂਸ ਰੱਖੀ ਜਾਊਗੀ ਕਰਪਸ਼ਨ ਨੂੰ ਲੈ ਕੇ ਬਹੁਤ ਵੱਡੀ ਕਰਪਸ਼ਨ ਦਾ ਚਾਰਜ ਤੁਸੀਂ ਕਹਿ ਰਹੇ 10,000 ਰੁਪਏ ਕੀ ਮੁੱਖ ਮੰਤਰੀ ਸਾਹਿਬ ਤੱਕ ਬਹੁਤ ਕੁਝ ਚੱਲਦਾ ਬਹੁਤ ਕੁਝ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਓਗੇ ਬਿਲਕੁਲ ਪਹੁੰਚਾਵਾਂਗਾ ਜੀ ਮੈਂ ਮਿਲ ਕੇ ਗੱਲ ਕਰਕੇ ਆਵਾਂਗਾ